ਲਿੰਗ ਵਧਾਉਣ ਦੇ ਉਪਾਅ ਵੀ ਤੁਸੀਂ ਮੈਨੂੰ ਇਸੇ ਤਰ੍ਹਾਂ ਹੀ ਲਿਖਿਆ ਪਿਆ ਕਿਸੇ ਵੀ ਗ੍ਰੰਥ ਦੇ ਵਿੱਚ ਦਿਖਾ ਦਿਓ ਵੀ ਇਹ ਵਾਧਾ ਨਹੀਂ ਹੈਗਾ। ਵੈਦ ਰਾਹ ਪਾਉਂਦੀ ਹੈ ਅਸਲ ਜੇ ਰਾਹ ਪਾਉਣ ਲੱਗੇ ਫਿਰ ਪੈਸੇ ਕਿੱਥੋਂ ਖਾਤਰ ਅਸੀਂ ਮੁੱਖ ਕਾਰਨ ਮਰਜ਼ੀ ਤਾਂ ਹੈ ਹੀ ਨਹੀਂ ਜੀ। ਜੇ ਹੁਣ ਖਾਤਰ ਅਸੀਂ ਬੰਦਾ ਜੇ ਕਰਦਾ ਨਹੀਂ, ਮੰਨ ਲਓ ਇਹਨੂੰ ਛੇੜਦਾ ਨਹੀਂ ਹੈਗਾ ਜੀ, ਫਿਰ ਉਹ 25 ਸਾਲ ਦਾ ਵੀ ਘਰ ਵਾਲੀ ਕੋਲੇ ਜਾ ਕੇ ਕੁਛ ਨਹੀਂ ਕਰਦਾ। ਖਾਤਰ ਅਜੇ ਕੋਈ ਬਿਮਾਰੀ ਥੋੜ੍ਹੀ ਹੈ, ਜਿਨ੍ਹਾਂ ਨੇ ਕੀਤੀ ਉਹ ਅੱਟੇ ਚੱਕਦੇ ਨੇ, ਜਿਨ੍ਹਾਂ ਨੇ ਨਹੀਂ ਕੀਤੀ ਹੈਗੀ ਉਹ ਉਹਨਾਂ ਦੇ ਕੈਬ ਜੁੜੇ ਪਏ ਨੇ ਵਿਚਾਰਿਆਂ ਦੇ। ਸਾਡੇ ਬਾਹਰੋਂ ਵੀ ਕਈ ਮੁੰਡੇ ਨੇ ਸਾਨੂੰ ਦੱਸਿਆ ਵੀਰੇ ਮਾਰ ਜੁੜ ਗਿਆ, ਵੀ ਹੁਣ ਕਟਾਵਾਂ, ਉਹ ਕਟਾਉਣ ਲੱਗੇ ਵਿਚਾਰੇ ਡਰਦੇ ਨੇ। ਹੁਣ ਜਿਹੜੇ ਅੱਜ ਕੱਲ੍ਹ ਜਿਹੜੇ ਬੰਦੇ ਆਪਣੇ ਆਪਣੇ ਮਾਸਕ ਕਟਾ ਲੈਂਦੇ ਨੇ, ਉਹ ਇਨਫੈਕਸ਼ਨ ਹੋ ਗਈ, ਮੰਨ ਲਓ ਉਹ ਕੈਬ ਦੇ ਵਿੱਚ ਜਗ੍ਹਾ ਤਾਂ ਹੁੰਦੀ ਆ, ਕਈ ਵਾਰੀ ਬਾਥਰੂਮ ਚਲਾ ਗਿਆ ਜਾਂ ਸੰਭਰਮ ਚਲਾ ਗਿਆ, ਉਹ ਫਿਰ ਉੱਥੋਂ ਖਰਾਬ ਕਰ ਦਿੰਦਾ ਜੀ। ਆਪਾਂ ਡਾਕਟਰ ਕੋਲ ਚਲੇ ਜਾਣਾ, ਉਹ ਡਾਕਟਰ ਉਹੀ ਉਹ ਮੂਹਰੋਂ ਕੱਢ ਦਿੰਦਾ 25-30 ਹਜ਼ਾਰ ਰੁਪਇਆ ਲੈ ਲੈਂਦੇ। ਜੇ ਅੱਜ ਵੀ ਨਾ ਬੱਚੇ ਇਹ ਚੀਜ਼ ਸੋਚਣ ਲੱਗੇ ਵੀ ਯਾਰ ਵੀ ਨਹੀਂ ਇੱਥੇ ਵੀ ਲਾਓ ਯਾਰ ਪੈਸੇ, ਕਿਉਂਕਿ ਫਿਰ ਕਾਮ ਦੇਵਤਾ ਨਾਰਾਜ਼ ਹੋ ਜਾਂਦਾ। ਹੁਣ ਜਿੰਮ 'ਚ ਇੰਨਾ ਕਿਦਾਲਾ ਹੁੰਦਾ ਜੀ, ਉਹ 3 ਮਹੀਨੇ ਜਿੰਮ ਮਾਰਦਾ, ਪ੍ਰੋਟੀਨ ਖਾਂਦਾ, ਐਡਾ ਤਾਂ ਕਰੇ ਲੈਂਦਾ। ਬੋਡੀ ਬਿਲਡਰ ਹੋਣ ਨਾਲ ਉਹ ਸਿਹਤਮੰਦ ਹੋਣਾ ਜ਼ਰੂਰੀ। ਇੱਕ ਆਪਣੀ ਆਪਣਾ ਜਵਾਨ ਹੋ ਗਈ, ਇਹਦੇ ਸਵਾਸਥ ਵਧੀ ਬੈਠੀ ਹੈ ਜੀ। ਇੱਕ ਆਪਣਾ ਪ੍ਰਾਈਵੇਟ ਪਾਰਟ ਹੋ ਗਿਆ, ਇਹਦੇ ਕਾਮ ਦੇਵਤਾ ਬੈਠਾ। ਅੱਛਾ, ਦੋਨਾਂ ਦੇ ਵਿੱਚ ਹੱਡੀ ਨਹੀਂ ਹੈਗੀ ਜੀ, ਮੰਨ ਕੇ ਚਲੋ ਵੀ ਡਿਵੋਰਸ ਦੇ ਕਾਰਨ ਵੀ ਤੁਸੀਂ ਸਮਝਦੇ ਹੋ ਇਹ। ਕਈ ਬੰਦਿਆਂ ਦੀ ਤਾਂ ਆਪਾਂ ਕਹਿੰਦੇ ਲੱਛਣ ਇਹੋ ਜਿਹੇ ਨੇ ਜਿਹਦੇ ਕਰਕੇ ਘਰ ਵਾਲੀ ਭੱਜਦੀ ਹੈ। ਹਰੇਕ ਅੰਗ ਤੇ ਆਪਾਂ ਪੈਸਾ ਲਾਉਣਾ, ਪਰਫਿਊਮ ਲਾਉਣੇ 10-10 ਹਜ਼ਾਰ ਦਾ ਲਾਉਣ ਨੂੰ, ਉਹ ਕੀ ਕਰਦਾ ਵੀ, ਕੁਛ ਵੀ ਨਹੀਂ ਹੈ ਜੀ। ਹੋਕੀ ਟੋਰ ਵਾਸਤੇ ਆਪਾਂ ਪੈਸਾ ਲਾ ਲੈਂਦੇ ਹਾਂ, ਉਹ ਯਾਰ ਜੇ ਇਹਦੇ ਤੇ ਤੂੰ 10 ਰੁਪਏ ਲਾਏ ਹੁੰਦੇ ਕਾਹਨੂੰ ਖੜਦਾ। ਜਦਕਿ ਜੇ ਜਿੱਦੇ ਇਹ ਬੰਦ ਹੋ ਗਿਆ ਉਦੀ ਮੌਤ ਆ ਬੰਦੇ ਦੀ। ਅੱਛਾ, ਤੁਸੀਂ ਕਹਿੰਦੇ ਵੀ ਹਰੇਕ ਵੈਦ ਦੀ ਆਪਦੀ ਸਮਝ ਨਹੀਂ ਹੈ, ਵੇਦਾਂ ਗ੍ਰੰਥਾਂ 'ਚ ਵੀ ਲਿਖਿਆ, ਵੇਦਾਂ ਗ੍ਰੰਥਾਂ 'ਚ ਲਿਖਿਆ ਜੀ। ਪਹਿਲਾਂ ਵੇਦ ਪ੍ਰਦੇਵ ਕਹੋ ਮਤ, ਝੂਠੇ ਝੂਠਾ ਸੋਚੋ ਨਾ ਵਿਚਾਰੇ, ਇਹ ਗ੍ਰੰਥ ਥੋੜ੍ਹੀ ਝੂਠੇ ਨੇ। ਜਿਹੜਾ ਇਹਦੇ ਮੁਤਾਬਕ ਉਹਨੂੰ ਵਿਚਾਰ ਨਹੀਂ ਕਰ ਸਕਦਾ ਜੀ ਨੁਸਖੇ ਦੀ, ਉਹ ਝੂਠਾ ਹੋ ਸਕਦਾ। ਹੁਣ ਕਹਿੰਦੇ ਸਾਡੇ ਕੋਲ ਬੰਦੇ ਆ ਜਾਣ, ਸਾਡੀ ਜੀ ਕਰੋੜਾਂ ਦੀ ਪ੍ਰੋਪਰਟੀ ਹੈ, ਮੇਰੇ 2 ਵਿਆਹ ਹੋਏ ਪਏ ਨੇ, ਪੈਸੇ ਮੰਗ ਲਾ ਵੀ ਲਾ ਦੇ 5-4 ਹਜ਼ਾਰ ਰੁਪਇਆ, ਜ਼ਿਆਦਾ ਨੇ ਪੈਸੇ, ਪਰ ਤੂੰ ਆਈ ਸਾਰ ਲਾ। ਸਤਿ ਸ਼੍ਰੀ ਅਕਾਲ, ਟੀ ਵੀ ਐਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ, ਅਤੇ ਮੈਂ ਜਸਪ੍ਰੀਤ। ਹਰ ਇੱਕ ਨੌਜਵਾਨ ਨੂੰ ਆਪਦੀ ਸਿਹਤ ਨੂੰ ਲੈ ਕੇ ਚਿੰਤਾ ਰਹਿੰਦੀ ਆ, ਉਸ ਚਿੰਤਾ ਦੇ ਘੇਰੇ 'ਚ ਡਿਪਰੈਸ਼ਨ 'ਚ ਜਾਂਦੇ ਨੇ, ਕਿਸੇ ਪਾਸਿਓਂ ਉਹਨਾਂ ਨੂੰ ਦਰੁਸਤ ਇਲਾਜ ਨਹੀਂ ਮਿਲਦਾ, ਚਾਹੇ ਉਹ ਵੈਦ ਨੇ, ਚਾਹੇ ਡਾਕਟਰ ਨੇ, ਹਕੀਮ ਨੇ, ਉਹਨਾਂ ਵੱਲੋਂ ਕਿਤੇ ਨਾ ਕਿਤੇ ਹਰ ਇੱਕ ਨੌਜਵਾਨ ਨੂੰ ਨਿਰਾਸ਼ਾ ਮਿਲਦੀ ਆ, ਅਤੇ ਉਹਨਾਂ ਨੂੰ ਲੱਗਦਾ ਕਿ ਸਾਨੂੰ ਕਿਸੇ ਵੀ ਪਾਸਿਓਂ ਰਾਹ ਨਹੀਂ ਦਿਸ ਰਿਹਾ। ਅੱਜ ਉਹ ਰਾਹ ਦਸੇਰੇ ਵੈਦ ਗੁਰਜੀਤ ਸਿੰਘ ਸਾਡੇ ਨਾਲ ਨੇ, ਜਿਹੜੇ ਹਰ ਇੱਕ ਸਵਾਲ ਦਾ ਜਵਾਬ ਬੜੀ ਤਰੀਕੇ ਦੇ ਨਾਲ, ਬੜੇ ਬਰੀਕੀ ਦੇ ਨਾਲ ਦੇਣਗੇ, ਅਤੇ ਜਿਹੜੇ ਨੌਜਵਾਨ ਕਹਿੰਦੇ ਨੇ ਵੀ ਸਾਨੂੰ ਕਿਸੇ ਪਾਸਿਓਂ ਰਾਹ ਨਹੀਂ ਦਿਸਦਾ, ਤਾਂ ਅੱਜ ਅਸੀਂ ਉਹਨਾਂ ਦੇ ਸਾਰੇ ਹੱਲ ਕਰਾਂਗੇ। ਵੈਦ ਜੀ, ਉਹਨਾਂ ਦਾ ਸਵਾਗਤ ਕਰਦੇ, ਬਹੁਤ ਬਹੁਤ ਸਵਾਗਤ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ ਜੀ? ਬਹੁਤ ਚੜ੍ਹਦੀ ਕਲਾ ਜੀ। ਡਾਕਟਰ ਸਾਹਿਬ, ਹਰ ਬੰਦੇ ਨੂੰ ਹਨੇਰੇ 'ਚ ਰੱਖਿਆ ਜਾਂਦਾ, ਹਰ ਨੌਜਵਾਨ ਇਹ ਸੋਚਦਾ ਕਿ ਯਾਰ ਮੈਂ ਕਿੱਧਰ ਨੂੰ ਜਾਵਾਂ, ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਬੰਦਾ ਆਪਦੇ ਪਰਿਵਾਰ ਦੇ ਨਾਲ ਸਾਂਝੀ ਨਹੀਂ ਕਰ ਸਕਦਾ, ਅਤੇ ਵੈਦ ਨੂੰ ਲੱਗਦਾ ਵੀ ਲੈ ਵੀ ਮੁਰਗੀ ਆ ਗਈ ਆ, ਅਤੇ ਇਹ ਕਿਸੇ ਪਾਸੇ ਜਾ ਨਹੀਂ ਦਿੰਦੀ। ਪਹਿਲਾ ਹੀ ਸਵਾਲ ਇਹ ਆ ਮੇਰਾ ਕਿ ਬਚਪਨ ਦੀਆਂ ਗਲਤੀਆਂ ਕਹਿ ਕੇ ਵੈਦ ਕਿਉਂ ਘੇਰੇ 'ਚ ਲੈ ਲੈਂਦੇ ਆ? ਇਹ ਜੀ ਹੁਣ ਤਕੀਆ ਕਲਾਮ ਹੈ, ਜਿਵੇਂ ਮੰਨ ਲਓ ਕੋਈ ਸਿਆਣੇ ਕੋਲ ਕੋਈ ਬੁੜੀ ਜਾਂਦੀ ਹੈ, ਉਹ ਸਿਆਣਾ ਦੇਖ ਲੈਂਦਾ ਵੀ ਬੇਬੇ ਆ ਗਈ, ਉਹਨੂੰ ਆਉਂਦੇ ਸਾਰ ਕਹਿੰਦਾ ਬੀਬਾ ਘਰ 'ਚ ਕਲੇਸ਼ ਹੈ, ਅਤੇ ਭਾਈ ਤਾਂ ਹੈ ਨਹੀਂ, ਪੈਸਾ ਟਿਕਦਾ ਹੀ ਨਹੀਂ ਹੈਗਾ, ਉਹ ਬੇਬੇ ਚਲੇ ਪੈਰ ਫੜ ਦਿੰਦੇ। ਇਸੇ ਤਰ੍ਹਾਂ ਨਾ ਜਦੋਂ ਮੈਨੂੰ ਵੀ ਕਈ ਫੋਨ ਆਉਂਦੇ ਨੇ, ਬੱਚੇ ਫੋਨ ਕਰਨਗੇ ਵੀ ਜੀ ਵੈਦ ਜੀ ਬਚਪਨ ਦੀਆਂ ਗਲਤੀਆਂ ਕਰਕੇ ਜੀ ਮੈਨੂੰ, ਮੈਂ ਕਹਿੰਦਾ ਵੀ ਤੈਨੂੰ ਕੀ ਪਤਾ ਵੀ ਬਚਪਨ ਦੀ ਗਲਤੀ ਨਾਲ ਕੀ ਹੋਇਆ ਤੈਨੂੰ। ਜਿਹੜਾ ਬੱਚਾ
ਅੱਜ ਆਪਾਂ ਕਹਿ ਦਈਏ ਹੁਣ ਗਰੋਥ ਹੁੰਦੀ ਆ ਹਰ ਇੱਕ ਚੀਜ਼ ਜੀ, ਬਚਪਨ ਚ ਬੱਚਾ ਛੋਟਾ ਆ ਉਹਨੇ ਬੜਾ ਵੀ ਹੋਣਾ, ਪਹਿਲਾਂ ਉਹ ਲੈਟਰਿੰਗ ਜਵਾਕ ਦੀ ਮਾਂ ਧੋਂਦੀ ਹੈ, ਫਿਰ ਹੌਲੀ ਹੌਲੀ ਉਹ ਆਪ ਹੱਥ ਪੱਲਾ ਲੱਗ ਜਾਂਦਾ ਮਾਂ, ਫਿਰ ਉਹ ਆਪ ਧੋਂਦਾ। ਹੁਣ ਜੇ ਆਪਾਂ ਕਹੀਏ ਵੀ ਜੇ ਬਚਪਨ ਚ ਧੋਂਦਾ ਸੀਗਾ ਭਾਈ ਉਕਣ ਬੜਾ ਹੋਇਆ ਵੀ ਤੇਰੀ ਮਾਮੀ ਉਹ ਧੋਊਗੀ ਵੀ ਤੂੰ ਨਾ ਧੋਈ, ਇਹ ਹੋ ਸਕਦਾ? ਪੋਸੀਬਲ ਹੀ ਨਹੀਂ ਹੈ, ਉਸੇ ਵੇਲੇ ਨਹੀਂ ਹੈਗਾ, ਇਹ ਸਾਰੇ ਨੂੰ ਪਤਾ। ਪਰ ਜਦੋਂ ਜਿਹੜਾ ਵਿਚਾਰਾ ਮਾੜਾ ਮੋਟਾ ਕਿ ਇਸ ਚੀਜ਼ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਉਹ ਵਿਚਾਰਾ ਡਰਿਆ ਹੁੰਦਾ। ਇਹਨੇ ਗਰੋਥ ਵੀ ਕਰਨੀ ਹੈ, ਕਿਆ ਕਰਨੀ ਨੀ, ਜਿਉਂ ਜਿਉਂ ਬੜਾ ਹੋਊ ਉਹਨੇ ਇਸ ਤਰ੍ਹਾਂ ਇਹਨੇ ਜਿਵੇਂ ਫੁੱਲ ਨੇ ਬਾਹਰ ਆਉਣਾ, ਇਸ ਤਰ੍ਹਾਂ ਪ੍ਰਾਈਵੇਟ ਪਾਰਟ ਨੇ ਬੱਚੇ ਦੇ ਬਾਹਰ ਆਉਣਾ। ਮੇਰੀ ਗੱਲ ਨੋਟ ਕਰ ਲਿਓ, ਜਦੋਂ ਇਹ ਬਾਹਰ ਆਊਗਾ ਇਹਨੇ ਜਦੋਂ ਵਧਣਾ ਇਹਨੇ ਇੱਥੇ ਹਲਚਲ ਪੈਦਾ ਕਰਨੀ ਹੈ, ਉਹਦੇ ਕੀ ਹੈ ਬੱਚਾ ਇਹਨੂੰ ਐ ਮਸਲਦਾ, ਫਿਰ ਇਹਨੂੰ ਜਿਉਂ ਜਿਉਂ ਵੱਡਾ ਹੁੰਦਾ ਇਹਨੂੰ ਮਸਲਦਾ। ਜੇ ਉਹ ਬਚਪਨ 'ਚ ਇਹਨੂੰ ਨਹੀਂ ਮਸਲਦਾ ਫਿਰ ਅੱਗੇ ਜਾ ਕੇ ਉਹ ਕਈ ਦਿੱਕਤਾਂ ਦਾ ਸ਼ਿਕਾਰ ਹੋਊਗਾ ਹੀ ਹੋਊਗਾ। ਕੀ ਆ, ਕੈਬ ਖੁੱਲੂਗਾ ਤਾਂ ਇਹਨੇ ਬਾਹਰ ਆਉਣਾ, ਜਿਹੜਾ ਆਪਣਾ ਪ੍ਰਾਈਵੇਟ ਦਾ ਅਗਲਾ ਭਾਗ ਇਸ ਤਰ੍ਹਾਂ ਬਾਹਰ ਆਊਗਾ। ਹੁਣ ਬੱਚੇ ਜ਼ਿਆਦਾ ਸਟੱਡੀ ਕਰਦੇ ਨੇ, ਇੱਧਰ ਧਿਆਨ ਹੀ ਨਹੀਂ ਦਿੰਦੇ, ਕੁਝ ਮਾਂ ਬਾਪ ਘੂਰੀ ਜਾਂਦੇ ਨੇ ਜੀ, ਠੀਕ ਹੈ ਨਹੀਂ, ਕਿਸੇ ਕੋਲ ਬੈਠੇ ਨਹੀਂ ਹੁੰਦੇ। ਉਹ ਜੇ ਬੱਚਾ ਬੱਚੇ ਕੋਲ ਬਹਿ ਜਾਂਦਾ ਕਈ ਵਾਰੀ ਉਹ ਕੋਈ ਨਾ ਗੱਲ ਸਾਂਝੀ ਕਰ ਲੈਂਦੇ ਜੀ। ਹੁਣ ਆਹ ਕੈਬ ਜਦੋਂ ਖੁੱਲੂਗਾ ਤਾਂ ਜਾ ਕੇ ਇਹਨੇ ਬਾਹਰ ਖੇਡਣਾ ਜੀ, ਜੀ ਅਗਲਾ ਭਾਗ ਵੱਡਾ ਤਾਂ ਹੀ ਹੋਊਗਾ। ਹੁਣ ਅੱਜ ਕੱਲ੍ਹ ਕੀ ਹੁੰਦਾ ਕਈਆਂ ਦੇ ਨਾ ਆਹ ਚੀਜ਼ ਕੈਬ ਬੰਦ ਹੋਣ ਕਰਕੇ ਇਹਨੂੰ ਆਪਾਂ ਮਸਲਿਆ ਨਹੀਂ, ਮੰਨ ਲਓ ਜੀ 14-15 ਸਾਲ ਜਾਂ ਆਪਾਂ ਲਾ ਲਓ 16 ਸਾਲ ਜਿਹਨੂੰ ਮਸਲ ਗਏ, ਇਹਨੂੰ ਅੱਗੇ ਜਦੋਂ ਵੱਧਦਾ ਇਹਨੂੰ ਉਹ ਖੇਡਣ ਦੀ ਕੋਸ਼ਿਸ਼ ਕਰਦਾ ਤੇ ਖਾਜ ਵੀ ਹੁੰਦੀ ਹੋਊਗਾ ਹਲਕੀ ਹਲਕੀ, ਬੱਚੇ ਨੂੰ ਮਸਲ ਦਿੰਦਾ। ਜਦੋਂ ਉਹਨੂੰ ਮਸਲਦਾ ਹੀ ਨਹੀਂ ਇਹ ਬਾਹਰ ਆਉਂਦਾ ਹੀ ਨਹੀਂ ਜੀ। ਜੇ ਹੁਣ ਉਹ ਇਹਨੂੰ ਮਸਲ ਲੈਂਦੇ ਨੇ ਮੰਨ ਲਓ, ਉਹ ਕੀ ਗਲਤੀ ਥੋੜੀ ਹੈ? ਇਹ 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 ਮੰਨ ਕੇ ਚਲੋ ਇਸ ਗੱਲ ਦੀ ਕੋਈ ਵੱਡੀ ਗੱਲ ਨਹੀਂ ਹੈ ਵੀ ਮਾਸਟਰਬੇਟ ਕਰਦੇ ਆ ਜਵਾਨ, ਬਿਲਕੁਲ ਨਹੀਂ, ਮੇਰਾ ਖੁੱਲਾ ਚੈਲੰਜ ਹੈ, ਜ਼ਰੂਰੀ ਹੈ ਮੇਰੇ। ਦੇਖੋ ਜੀ ਇਹਦੇ 'ਚ ਮੇਰੀ ਗੱਲ ਸੁਣੋ ਜੀ, ਗੱਲ ਤਾਂ ਉਹੀ ਆ ਗਈ ਨਾ, ਉਹ ਕਹਿੰਦਾ ਵੀ ਉਕਣੇ ਰੱਖ ਬੋਡੀ ਨੂੰ, ਜੈ ਜੀ ਉਹ ਬਣ ਗਈ ਉਹ ਜੋ ਉਹ ਵੱਧ ਰਿਹਾ ਤਾਂ ਉਹਨੂੰ ਮਾੜਾ ਮੋਟਾ ਜੋ ਹਲਚਲ ਹੁੰਦੀ ਨਾ ਕਰੋ, ਇਹ ਕਿਵੇਂ ਹੋ ਜੂਗਾ ਜੀ? ਉਹ ਮੂੰਹ ਵੀ ਧੋਣ ਲੱਗਦਾ ਜਵਾਕ, ਆਪ ਪਹਿਲਾਂ ਮਾਂ ਧੋਂਦੀ ਹੈ, ਜਦੋਂ ਬੜਾ ਹੁੰਦਾ ਆਪ ਨਹੀਂ ਧੋਂਦਾ, ਫਿਰ ਉਹਦਾ ਉਹਦਾ ਅਧਿਕਾਰ ਹੈ ਵੀ ਇਹਨੂੰ ਮਸਲ ਸਕਦਾ, ਇਹਨੂੰ ਮਸਲੂਗਾ ਤਾਂ ਕੈਬ ਬਾਹਰ ਆਊਗਾ। ਹੁਣ ਬਹੁਤ ਸਾਰੇ ਕੇਸ ਮੇਰੇ ਕੋਲ ਇਹੋ ਜਿਹੇ ਆਏ ਨੇ ਜਿਨ੍ਹਾਂ ਨੇ ਇਹ ਮਸਲਿਆ ਨਹੀਂ ਹੈਗਾ, ਜਦੋਂ ਇਹਨੇ ਕਿਹਾ ਵੀ ਉਹਨੂੰ ਮਸਲ, ਉਦੋਂ ਮਸਲਿਆ ਨਹੀਂ, ਇਹਨੂੰ ਬਾਹਰ ਨਹੀਂ ਕੱਢਿਆ ਕੈਬ ਨੂੰ। ਆਪਣੇ ਬਿਹਾਰ ਦੇ ਵਿੱਚ ਯੂਪੀ ਦੇ ਵਿੱਚ ਜਿਹੜੀਆਂ ਮਾਈਆਂ ਬਹੁਤ ਸਿਆਣੀਆਂ ਨੇ, ਉਹ ਮੈਂ ਖੁਦ ਆਪਦੇ ਬੱਚਿਆਂ ਦੀ ਗੱਲ ਕਰਦਾ, ਮੇਰੇ ਬੱਚੇ ਛੋਟੇ 6 ਮਹੀਨੇ ਦੇ 5-6 ਮਹੀਨੇ ਦੇ ਸੀਗੇ, ਇਹ ਮਾਲਸ਼ ਤੋਂ ਬੋਡੀ ਦੀ ਮਾਲਸ਼ ਕਰਦੇ ਸੀਗੇ, ਉਹ ਬੱਚੇ ਦੇ ਨਾ ਅਗਲੇ ਭਾਗ 'ਚ ਤੇਲ ਪਾ ਕੇ ਉਹਨੂੰ ਐਂ ਮਲ ਦਿੰਦੇ ਸੀ, ਅਸੀਂ ਉਹ ਕੈਬ ਬਾਹਰ ਕੱਢਤੇ, 4-5 ਮਹੀਨਿਆਂ ਦੇ ਬੱਚਿਆਂ ਨੂੰ ਕੈਬ ਬਾਹਰ ਕੱਢਦੇ ਸੀ ਮੈਨੇ, ਅੱਗੇ ਜਾ ਕੇ ਉਹਦੀ ਨਾ। ਹੁਣ ਜਿਵੇਂ ਆਪਣੇ ਮੁਸਲਮਾਨ ਭਰਾ ਨੇ ਉਹ ਕੀ ਕਰਦੇ ਨੇ, ਮੂਹਰੋਂ ਕਟਾ ਦਿੰਦੇ, ਸੁੰਨਤ ਕਰਦੇ, ਜੇ ਤਾਂ ਉਹ ਬਚਪਨ 'ਚ ਹੋ ਜਾਂਦੇ ਸੁੰਨਤ ਫਿਰ ਤਾਂ ਗਰੋਥ ਵਧੀਆ ਕਰਦੇ ਹੁੰਦੀ ਜੀ। ਹੁਣ ਜਿਹੜੇ ਅੱਜ ਕੱਲ੍ਹ ਜਿਹੜੇ ਬੰਦੇ ਆਪਣੇ ਆਪਣੇ ਮਾਸਕ ਕਟਾ ਲੈਂਦੇ ਨੇ ਮੂਹਰੋਂ, ਇਨਫੈਕਸ਼ਨ ਹੋ ਗਈ ਮੰਨ ਲਓ, ਉਹ ਕੈਬ ਦੇ ਵਿੱਚ ਜਗ੍ਹਾ ਤਾਂ ਹੁੰਦੀ ਆ, ਕਈ ਵਾਰੀ ਬਾਥਰੂਮ ਚਲਾ ਗਿਆ ਜਾਂ ਸੰਪਰਮੇ ਚਲਾ ਗਿਆ, ਉਹ ਫਿਰ ਉੱਥੋਂ ਖਰਾਬ ਕਰਦਾ ਉਹਨੂੰ ਜੀ, ਆਪਾਂ ਡਾਕਟਰ ਕੋਲ ਚਲੇ ਜਾਣਾ, ਹੁਣ ਡਾਕਟਰ ਉਹੀ ਉਹ ਮੂਹਰੋਂ ਕੱਟ ਦਿੰਦਾ 25,000-30,000 ਰੁਪਇਆ ਲੈ ਲੈਂਦੇ ਨੇ। ਜਦੋਂ ਹੁਣ ਜਵਾਨੀ ਪਹਿਲੇ ਕੱਟਿਆ ਜਾਂਦਾ ਇਹ, ਫਿਰ ਉਹਦੇ 'ਚ ਜਿਹੜੀ ਅਕੜਾ ਦੀ ਜਿਹੜੀ ਥੋੜ੍ਹੀ ਬਹੁਤੀ ਦਿੱਕਤ ਆਉਂਦੀ ਹੈ, ਜੇ ਬਚਪਨ 'ਚ ਕੱਟਿਆ ਜਾਵੇ ਫਿਰ ਉਹ ਗਰੋਥ ਵੱਧ ਕਰਦਾ ਜੀ। ਹੱਥ ਰਸੀ ਕੋਈ ਮੁੱਖ ਕਾਰਨ ਆ ਜਿਹੜਾ ਨੁਮਰਦੀ ਦਾ ਹੈ ਨਹੀਂ, ਹੱਥ ਰਸੀ ਮੁੱਖ ਕਾਰਨ ਨੁਮਰਦੀ ਦਾ ਹੈ ਹੀ ਨਹੀਂ ਜੀ। ਜੇ ਹੁਣ ਹੱਥ ਰਸੀ ਬੰਦਾ ਜੇ ਕਰਦਾ ਨਹੀਂ, ਮੰਨ ਲਓ ਇਹਨੂੰ ਛੇੜਦਾ ਨਹੀਂ ਹੈਗਾ ਜੀ, ਫਿਰ ਉਹ 25 ਸਾਲ ਦਾ ਵੀ ਘਰ ਵਾਲੀ ਕੋਲੇ ਜਾ ਕੇ ਕੁਛ ਨਹੀਂ ਕਰਦਾ।
ਦਿੱਕਤ ਆਉਂਦੀ ਹੈ, ਦਿੱਕਤ ਆਉਂਦੀ ਹੈ। ਫਿਰ ਪਰ ਬਹੁਤ ਸਾਰੇ ਵੈਦ ਕਹਿ ਦਿੰਦੇ ਆ ਵੀ ਸਾਡੇ ਕੋਲ ਨੌਜਵਾਨ ਆਉਂਦੇ ਆ ਵੀ ਜਿਹੜੇ ਪ੍ਰਾਈਵੇਟ ਪਾਰਟ ਦੀ ਗਰੋਥ ਵੱਧ ਗਈ ਵਧਾਉਣ ਵਾਸਤੇ ਦਵਾਈਆਂ, ਇਹ ਪੋਸੀਬਲ ਹੈ ਗਰੋਥ ਵਧਣ? ਬਿਲਕੁਲ, ਅਸੀਂ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਅਸੀਂ ਆ ਗ੍ਰੰਥਾਂ ਦੇ ਵਿੱਚ ਜਿਹੜੇ ਸਾਡੇ ਕੋਲ ਪਏ ਨੇ ਅਸੀਂ ਇਹਨਾਂ ਦੇ ਤੁਹਾਨੂੰ ਸਕਰੀਨ ਸ਼ੋਟ ਦੇਵਾਂਗੇ। ਵੇਦਕ ਦੇਵ ਕਹੋ ਮਤ ਝੂਠੇ ਝੂਠਾ ਸੋਚੋ ਨਾ ਵਿਚਾਰੇ, ਇਹ ਗ੍ਰੰਥ ਥੋੜੀ ਝੂਠੇ ਨੇ, ਜਿਹੜਾ ਇਹਦੇ ਮੁਤਾਬਕ ਉਹਨੂੰ ਵਿਚਾਰ ਨੀ ਕਰ ਸਕਦਾ ਇਹਦੀ ਨੁਸਖੇ ਦੀ, ਉਹ ਝੂਠਾ ਹੋ ਸਕਦਾ। ਹੋ ਸਕਦਾ ਵੈਦ ਡਰਾਉਂਦੇ ਹੋਣ ਨੌਜਵਾਨਾਂ ਨੂੰ ਜਾਂ ਚੜ੍ਹਦੀ ਜਵਾਨੀ ਚ ਬੰਦੇ ਰੁਜ਼ਗਾਰ ਤੇ ਬੈਠਾ, ਰੁਜ਼ਗਾਰ ਦੇ ਬਹਿ ਕੇ ਝੂਠ ਨੀ ਬੋਲਦਾ ਵੀ ਜੋ ਦਊਗਾ ਅੱਜ ਮੈਂ ਤੋਹਫਾ ਹੀ ਦੇਣਾ, ਜਿਹੜਾ ਇਹਨਾਂ ਦੇ ਭਰਾ ਨੇ ਇਹਨਾਂ ਵਾਸਤੇ ਤੋਹਫਾ ਇਹ ਦੇਣਾ ਵੀ ਇੱਕ ਤਾਂ ਸੰਪਰਮ ਏ ਕਲਾਸ ਮਿਲੂ ਹਫ਼ਤੇ ਦੇ ਵਿੱਚ ਮਿਲੂਗਾ, ਅਕਾਊਂਟ ਵੀ ਵਧਣਗੇ ਉਹ ਚ, ਅਕਾਊਂਟ ਘਟਣੇ ਗਾੜਾ ਵੀ ਹੋਊਗਾ, ਠੀਕ ਹੈ ਨਾ ਜੀ। ਇੱਕ ਜਿਹਨਾਂ ਦਾ ਸਾਈਜ਼ ਛੋਟਾ, ਅੱਜ ਮੈਂ ਫਾਰਮੂਲਾ ਐਂਡ 'ਚ ਤੁਹਾਨੂੰ ਬਣਾ ਕੇ ਦਿਖਾਊਂਗਾ ਵੀ ਐਂ ਬਣਾ ਕੇ ਇਹਨੂੰ ਇਸ ਤਰ੍ਹਾਂ ਯੂਜ਼ ਕਰੋ, ਮੇਰੀ ਜ਼ਿੰਮੇਵਾਰੀ ਹੋਊਗੀ ਕਿਸੇ ਤਰ੍ਹਾਂ ਦਾ ਸਾਈਡ ਇਫੈਕਟ ਹੋ ਗਿਆ ਅਤੇ ਗਰੋਥ ਵਧੂਗੀ ਅਤੇ ਗਰੰਟੀ ਲੈਣੀ ਹੋਈ ਇਸ ਗੱਲ ਦੀ ਜ਼ਿੰਮੇਵਾਰੀ ਹੈ ਜੀ ਪੂਰੀ। ਹੋ ਸਕਦਾ ਵੀ ਜਿਹੜੀਆਂ ਦਵਾਈਆਂ ਲੋਕ ਵੈਦ ਵੇਚਦੇ ਨੇ ਡਾਕਟਰ ਵੇਚਦੇ ਨੇ ਤਾਂ ਉਹਨਾਂ ਦੇ ਨਾਲ ਸਰੀਰ 'ਤੇ ਹੋਰ ਨੁਕਸਾਨ ਹੋ ਜਾਵੇ? ਆਪਣੇ ਲਈ ਇੰਨਾ ਨੁਕਸਾਨ ਨਹੀਂ ਹੋਊਗਾ ਜੀ, ਸਾਰੀਆਂ ਜਿਹੜੀਆਂ ਚੀਜ਼ਾਂ ਮੈਂ ਸਾਰੀਆਂ ਜੜੀਆਂ ਬੂਟੀਆਂ ਪਾਉਣੇ, ਕੋਈ ਕੋਈ ਨਸ਼ਾ ਤਾਂ ਨਹੀਂ ਪਾਉਂਦੇ ਵਿੱਚ? ਕੋਈ ਨਸ਼ਾ ਨਹੀਂ ਜੀ, ਨਸ਼ੇ ਨਾਲ ਤਾਂ ਜੀ ਕੁਛ ਨਹੀਂ ਹੋ ਸਕਦਾ। ਇੱਕ ਹੋਰ ਪ੍ਰੋਬਲਮ ਤੁਹਾਨੂੰ ਮੈਂ ਦੱਸ ਦਿੰਦਾ, ਕਈ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਨੈਚੁਰਲ ਬੰਦੇ ਦੇ ਨਾਲ ਹੁੰਦੀਆਂ ਨੇ, ਉਹ ਬਿਮਾਰੀ ਨਹੀਂ ਹੁੰਦੀ। ਜਿਵੇਂ ਹੁਣ ਜਿਵੇਂ ਹੱਥ ਰੱਸੀ ਲਾ ਲਓ ਜੀ, ਹੱਥ ਰੱਸੀ ਕੋਈ ਬਿਮਾਰੀ ਥੋੜ੍ਹੀ ਹੈ, ਜਿਨ੍ਹਾਂ ਨੇ ਕੀਤੀ ਉਹ ਫੱਟੇ ਚੱਕਦੇ ਨੇ, ਜਿਨ੍ਹਾਂ ਨੇ ਨਹੀਂ ਕੀਤੀ ਹੈਗੀ ਉਹ ਉਹਨਾਂ ਦੇ ਕੈਬ ਜੁੜੇ ਪਏ ਨੇ ਵਿਚਾਰਿਆਂ ਦੇ, ਸਾਡੇ ਬਾਹਰੋਂ ਵੀ ਕਈ ਮੁੰਡੇ ਨੇ ਸਾਨੂੰ ਦੱਸਿਆ ਵੀਰੇ ਮਾਰ ਜੁੜ ਗਿਆ, ਉਹਨੂੰ ਕਟਾਵਾਂ, ਉਹ ਕਟਾਉਣ ਲੱਗੇ ਵਿਚਾਰੇ ਡਰਦੇ ਨੇ, ਹੁਣ ਉਹ ਕਹਿੰਦਾ ਸਟੱਡੀ ਉਹ ਕਰਦੇ ਰਹੇ, ਜਿਵੇਂ ਜਿਵੇਂ ਉਮਰ ਵਧੀ ਜਾਂਦੀ ਉਹ ਦਿੱਕਤ ਗਰੋਥ ਹੋਊਗੀ, ਇੰਜਰੀ ਵਧੂਗੀ, ਕੈਬ ਖੁੱਲੂਗਾ। ਜਿਵੇਂ ਅਫੁੱਲ ਦੀ ਉਦਾਹਰਣ ਆ, ਇਹ ਪਹਿਲਾਂ ਬੰਦ ਜਮਾਂ ਹੀ ਬੰਦ ਸੀਗਾ, ਜਿਉਂ ਜਿਉਂ ਇਹ ਬੜਾ ਹੋ ਗਿਆ ਇਹਦੇ ਜੋ ਸਪਾਰਾ ਨਿਕਲਦਾ ਆ ਬਾਹਰ, ਇਸ ਤਰ੍ਹਾਂ ਫਿਰ ਖੇਡਦਾ ਸਪਾਰਾ ਮੂਹਰ, ਠੀਕ ਹੈ ਨਾ ਜੀ। ਤੇ ਅੱਗੇ ਇੱਕ ਹੋਰ ਚੀਜ਼ ਨੂੰ ਲੈ ਕੇ ਚੱਲਦੇ, ਇੱਕ ਹੱਥ ਰੱਸੀ ਹੋ ਗਈ ਜਿਹਦੇ ਕਰਕੇ ਬੰਦਾ ਫਸ ਜਾਂਦਾ, ਇੱਕ ਹੋ ਗਈ ਜੀ ਚਿਪ ਚਪਾ ਪਾਣੀ, ਇਹ ਤਾਂ ਬਹੁਤ ਫੋਨ ਆਉਂਦੇ ਨੇ। ਅੱਛਾ ਜੀ ਚਿਪ ਚਪਾ ਪਾਣੀ ਆਉਂਦਾ ਜੀ, ਉਹਦੀ ਉਹ ਦਵਾਈ ਖਾਈ ਖਵਾਈ ਜਾਂਦੇ ਨੇ, ਜਦਕਿ ਇਹ ਨੋਰਮਲ ਚੀਜ਼ ਹੈ, ਇਹ ਨੋਰਮਲ ਹੈ ਇੱਕ ਬੰਦੇ ਨਾਲ। ਵੈਦ ਰਾਹ ਪਾਉਂਦੀ ਹੈ ਅਸਲ ਯਾਰ, ਜੇ ਰਾਹ ਪਾਉਣ ਲੱਗੇ ਫਿਰ ਪੈਸੇ ਕਿੱਥੋਂ ਬਣਨਗੇ? ਓਲਾ ਰੱਖ ਜਾਂਦੇ ਆ, ਓਲਾ ਰੱਖ ਜਾਂਦਾ। ਇਹਦੇ ਸਟੈਂਡ ਬਹੁਤ ਲੱਤਾ, ਹੁਣ ਜਿੰਮ 'ਚ ਇੰਨਾ ਕੁ ਡਾਲਾ ਹੁੰਦਾ ਜੀ, ਉਹ ਤਿੰਨ ਮਹੀਨੇ ਜਿੰਮ ਮਾਰਦਾ, ਪ੍ਰੋਟੀਨ ਖਾਂਦਾ, ਐਡਾ ਤਾਂ ਕਰੇ ਲੈਂਦਾ, ਉਹ ਕੀ ਕਰਦਾ ਨਹੀਂ। ਜਿਵੇਂ ਕਹਿੰਦੇ ਵੀ ਇਹ ਕੁਦਰਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ, ਉਹ ਨਹੀਂ ਨਹੀਂ ਇਹ ਵੀ ਤਾਂ ਕੁਦਰਤ ਨਾਲ ਖਿਲਵਾੜ ਆ, ਜਿਹੜੇ ਫਿਰ ਪ੍ਰੋਟੀਨ ਖਾਈ ਜਾਂਦੇ ਨੇ, ਜਿੰਮ ਲਾਉਂਦੇ ਨੇ। ਬੋਡੀ ਬਿਲਡਰ ਹੋਣ ਨਾਲ ਸਿਹਤਮੰਦ ਹੋਣਾ ਜ਼ਰੂਰੀ ਹੈ ਜੀ, ਬੋਡੀ ਬਿਲਡਰ ਨਹੀਂ ਉਹ ਤਾਂ ਵੀ ਚੱਲ ਜੂ, ਪਰ ਉਹ ਤੰਦਰੁਸਤ ਹੋਵੇ ਉਹ ਚੱਲ ਜੂਗਾ, ਠੀਕ ਹੈ ਨਾ ਜੀ। ਹੁਣ ਜੇ ਬੱਚੇ ਪਾਣੀ ਦੀ ਗੱਲ ਸੁਣ ਲਓ, ਹੁਣ ਇੱਕ ਕੋਈ ਵੀ ਆਪਾਂ ਟ੍ਰੀਟਮੈਂਟ ਲੈਂਦੇ ਹਾਂ ਜੀ, ਉਹਦੇ ਵਿੱਚ ਕੋਈ ਇਹੋ ਜਿਹਾ ਟ੍ਰੀਟਮੈਂਟ ਨਹੀਂ ਹੈਗਾ ਜਿਹੜਾ ਸਾਡਾ ਪਾਣੀ ਸੁਕਾ ਦੇਵੇ। ਜੇ ਮੂੰਹ 'ਚੋਂ ਪਾਣੀ ਸੁੱਕ ਗਿਆ ਫਿਰ ਮੂੰਹ ਕਿੱਥੋਂ ਚੱਲ ਪਊਗਾ ਜੀ, ਜਵਾਨ ਨੇ ਤਾਂ ਪਾਣੀ ਛੱਡਣੀ ਆ, ਛੱਡਣੀ ਆ ਜਾਂ ਜਵਾਨ ਨੇ। ਅੱਛਾ ਇਹ ਦੋ ਚੀਜ਼ਾਂ ਨੇ ਬੋਡੀ ਦੇ ਵਿੱਚ, ਇੱਕ ਆਪਣੀ ਆਪਣਾ ਜਵਾਨ ਹੋ ਗਈ, ਇਹਦੇ ਸਵਰਸਵਤੀ ਬੈਠੀ ਹੈ ਜੀ, ਇੱਕ ਆਪਣਾ ਪ੍ਰਾਈਵੇਟ ਪਾਰਟ ਹੋ ਗਿਆ, ਇਹਦੇ ਕਾਮ ਦੇਵਤਾ ਬੈਠਾ।
ਅੱਛਾ ਦੋਨਾਂ ਦੇ ਵਿੱਚ ਹੱਡੀ ਨਹੀਂ ਹੈਗੀ, ਨਾ ਜੀਪ ਚ ਹੱਡੀ ਆ ਨਾ ਪ੍ਰਾਈਵੇਟ ਕਾਰ ਚ ਹੱਡੀ ਹੈ। ਅੱਛਾ ਦੋਏ ਸਵਾਰ ਦੇ ਸਾਧਨ ਨੇ ਇਹ ਜ਼ਿੰਦਗੀ ਦੇ। ਅੱਛਾ ਜੇ ਦੋਨਾਂ ਦੇ ਨਾਲ ਬੰਦਾ ਸਮਝੌਤਾ ਕਰ ਲਵੇ, ਖਾਣਾ ਵੀ ਖਾਣਾ ਹੀ ਨਾ ਖਾਵੇ ਜਾਂ ਮਾੜਾ ਖਾਣਾ ਖਾਵੇ ਉਹ ਵੀ ਮਾੜਾ, ਜੇ ਪ੍ਰਾਈਵੇਟ ਪਾਰਟ ਦੀ ਦੇਖਭਾਲ ਵੀ ਨਾ ਕਰੇ ਉਹ ਵੀ ਮਾੜੀ ਹੈ, ਉਹਦੀ ਪੂਰਤੀ ਵੀ ਜ਼ਰੂਰੀ ਹੈ। ਹੁਣ ਜਦੋਂ ਆਪਾਂ ਖਾਣੇ ਦੀਆਂ ਗੱਲਾਂ ਕਰਦੇ ਹਾਂ ਜਾਂ ਭੁੱਖ ਲੱਗਦੀ ਹੈ ਨਾ, ਤਾਂ ਆਪਣੇ ਮੂੰਹ 'ਚ ਆਟੋਮੈਟਿਕਲੀ ਪਾਣੀ ਆ ਜਾਂਦਾ, ਆਉਣਾ ਵੀ ਚਾਹੀਦਾ, ਚੰਗੀ ਸਿਹਤ ਦੀ ਨਿਸ਼ਾਨੀ ਹੈ। ਇਸੇ ਤਰ੍ਹਾਂ ਜਦੋਂ ਪ੍ਰਾਈਵੇਟ ਪਾਰਟ ਦੇ ਬਾਰੇ ਜਾਂ ਉਹ ਆਪਣੇ ਪਾਰਟਨਰ ਦੇ ਨਾਲ ਉੱਧਰ ਗੱਲਬਾਤ ਕਰਦਾ ਠੀਕ, ਜਾਂ ਉਹਦੇ ਖਾਣੇ ਦੀ ਗੱਲ ਕਰਦਾ ਆਪਾਂ ਮੋਟਾ ਹਿਸਾਬ ਲਾ ਲੈਂਦੇ ਹਾਂ, ਤਾਂ ਉਹਦੇ 'ਚੋਂ ਜੇ ਦੋ ਬੂੰਦਾਂ ਆ ਗਈਆਂ ਯਾਰ ਕੀ ਹੋ ਗਿਆ, ਉਹੀ ਚੀਜ਼ ਹੁਣ ਕਿਵੇਂ ਰੋਕੂਗਾ ਬੰਦਾ? ਕੋਈ ਰੋਗ ਨਹੀਂ ਹੈ, ਕੋਈ ਰੋਗ ਨਹੀਂ ਹੈਗਾ ਇਹ। ਜਦ ਮੂੰਹ 'ਚ ਲਾਲ ਪੈਦਾ ਹੁੰਦਾ ਉਹਦੀ ਵੀ ਲਾਲ ਪੈਦਾ ਹੋ ਜਾਂਦੀ ਹੈ, ਉਹ ਆਪਦੇ ਖਾਣੇ ਦੀ ਗੱਲ ਕਰੇਂਗੇ ਉਹ ਲਾਲ ਪੈਦਾ ਹੋ ਜਾਂਦੀ ਹੈ। ਹਾਂ ਉਹ ਤੂੰ ਜ਼ਿਆਦਾ ਲਾਲਾਂ ਖੜਦਾ ਉਹ ਠੀਕ ਹੈ, ਉਹ ਆਪਾਂ ਮੰਨਦੇ ਹਾਂ ਵੀ ਚਲੋ ਥੋੜ੍ਹੀ ਮੋਟੀ ਵੀ ਗਰਮਾਇਸ਼ ਹੋ ਗਈ, ਉਹ 'ਚ ਵੀ ਕਾਈ ਸਕਬੋਲ ਦਾ ਬਰਾਦਾ ਲੈ ਲਓ ਉਤਾਰ ਦੇਣਾ, ਉਹ ਬਿਲਕੁਲ ਸੈੱਟ ਹੋ ਜਾਂਦਾ। ਜੇ ਮੰਨ ਕੇ ਚਲੋ ਵੀ ਡਿਵੋਰਸ ਦੇ ਕਾਰਨ ਵੀ ਤੁਸੀਂ ਸਮਝ ਲਓ ਇਹ, ਬਿਲਕੁਲ ਜੀ ਸਾਡੇ ਕੋਲ ਕੇਸ ਆਉਂਦੇ ਨੇ ਆ ਕੇ ਕਹਿੰਦਾ ਵੀਰੇ ਮੇਰੀ ਘਰਵਾਲੀ ਨਹੀਂ ਗਈ ਹੋਈ ਹੈ, ਹੁਣ ਸਾਨੂੰ ਸਾਲਾਂ ਤੋਂ ਮਾੜਾ ਮਾਣ ਹੁੰਦਾ ਫਿਰ, ਕਿਉਂ ਉਹ ਕਈ ਬੰਦਿਆਂ ਦੀ ਤਾਂ ਆਪਾਂ ਕਹਿੰਦੇ ਲੱਛਣ ਇਹੋ ਜਿਹੇ ਨੇ ਜਿਹਦੇ ਕਰਕੇ ਘਰਵਾਲੀ ਭੱਜਦੀ ਹੈ। ਹੁਣ ਵੈਦ ਕੋਲੋਂ 5-4 ਹਜ਼ਾਰ ਦੀ ਦਵਾਈ ਲੈ ਗਈ ਉਹਨੇ, ਅੱਛਾ 5 ਹਜ਼ਾਰ ਦੇ ਬੂਟ ਪਾ ਕੇ ਸ਼ੋਰੂਮ 'ਚੋਂ ਬਾਹਰ ਆ ਕੇ ਇਹ ਭੁੱਲ ਜਾਂਦਾ ਵੀ ਇਹਦੀ ਗਰੰਟੀ ਹੈਗੀ ਹੈ ਜਾਂ ਨਹੀਂ ਹੈਗੀ, ਬਿਲਕੁਲ ਸਾਡੇ ਕੋਲੋਂ ਗਰੰਟੀਆਂ ਮੰਗੀ ਜਾਣਗੇ ਵੀਰੇ ਮਹੀਨੇ 'ਚ ਹੋ ਜੂ ਵੀਰ ਮਹਾਂ ਯਾਰ ਤੂੰ ਹਫ਼ਤੇ ਠੀਕ ਹੋਣਾ, ਮੈਂ ਤੈਨੂੰ ਮਹੀਨੇ 'ਚ ਕਿਵੇਂ ਟਾਈਮ ਦੇ ਦੇਵਾਂ, ਤੂੰ ਹਫ਼ਤੇ ਠੀਕ ਹੋ ਜੇ, ਜੇ ਤਾਂ ਤੇਰੇ ਮਾਇੰਡ 'ਚੋਂ ਇਹ ਚੀਜ਼ ਨਿਕਲ ਗਈ ਤੂੰ ਕੰਮ ਕਰਨ ਲੱਗ ਗਿਆ ਵਧੀਆ ਤੂੰ ਠੀਕ ਆ, ਜੇ 10 ਦਿਨ 'ਚ ਹੋ ਜਾਵੇ ਮੈਂ ਤੈਨੂੰ ਮਹੀਨੇ ਨਾ ਕਿਉਂ ਬੰਨਾ, ਮੈਂ ਤੈਨੂੰ 3 ਮਹੀਨੇ ਨਾ ਕਿਉਂ ਬੰਨਾ, ਠੀਕ ਹੈ ਨਾ ਜੀ? ਬਿਲਕੁਲ। ਹੁਣ ਮੈਨੂੰ ਇੱਕ ਗੱਲ ਦੱਸਣ ਇਹ ਵੀ ਜਦੋਂ ਕੋਈ ਕੋਠੀ ਇਮਾਰਤ ਬਣਦੀ ਹੈ ਉਹ 'ਚ ਪਹਿਲਾਂ ਸੀਵਰੇਜ ਧਰਿਆ ਜਾਂਦਾ, ਜਦੋਂ ਇਹ 5 ਤੱਤਾਂ ਦਾ ਪੁਤਲਾ ਤਿਆਰ ਕੀਤਾ ਜੀ ਪਰਮਾਤਮਾ ਨੇ, ਇਹ 'ਚ ਪਹਿਲਾਂ ਇਹਦੀ ਨਿਕਾਸੀ ਕੱਢੀ ਗਈ ਹੈ। ਹੁਣ ਤੁਹਾਨੂੰ ਮੈਂ ਮਹੱਤਵਪੂਰਨ ਅੰਗ ਦੀ ਗੱਲ ਦੱਸਦਾ ਵੀ ਇਹ ਕਿੰਨਾ ਕੁ ਆਪਣਾ ਜ਼ਰੂਰੀ ਹੈ ਇਹ, ਠੀਕ ਹੋ ਗਿਆ? ਅਤੇ ਇਹ ਨਾ ਤਾਂ ਮੰਗਦਾ ਪੈਂਟ ਅਤੇ ਨਾ ਮੰਗਦਾ ਸੂਟ, ਨਾ ਮੰਗਦਾ ਜਰਾਬਾ ਅਤੇ ਨਾ ਮੰਗਦਾ ਬੂਟ, ਠੀਕ ਹੈ ਜੀ, ਨਾ ਮੰਗਦਾ ਐਨਕਾਂ ਅਤੇ ਨਾ ਮੰਗਦਾ ਇਹ ਆਪਾਂ ਲਾ ਲੈਂਦੇ ਹਾਂ ਘੜੀਆਂ ਸ਼ਾਂਪਾਂ ਬੈਲਟਾਂ ਲਾ ਲੈਂਦੇ ਹਾਂ ਵੀ ਵਧੀਆ ਕੰਪਨੀਆਂ ਦੇ ਦਿਓ ਜੀ, ਹਰੇਕ ਅੰਗ 'ਤੇ ਆਪਾਂ ਪੈਸਾ ਲਾਉਣੇ ਹਾਂ, ਪਰਫਿਊਮ ਲਾਉਣੇ ਹਾਂ 10-10 ਹਜ਼ਾਰ ਦਾ ਲਾਉਣ ਨੂੰ ਉਹ ਕੀ ਕਰਦਾ ਵੀ, ਕੁਛ ਵੀ ਨਹੀਂ ਹੈ ਜੀ, ਫੋਕੀ ਡੋਰ ਵਾਸਤੇ ਤਾਂ ਆਪਾਂ ਪੈਸਾ ਲਾ ਲੈਂਦੇ ਹਾਂ, ਉਹ ਯਾਰ ਜੇ ਇਹਦੇ 'ਤੇ ਤੂੰ 10 ਰੁਪਏ ਲਾਏ ਹੁੰਦੇ ਕਾਹਨੂੰ ਖੜਦਾ, ਕਿਸੇ ਨੇ ਸ਼ੀਸ਼ੇ 'ਚ ਖੜ ਕੇ ਦੇਖਿਆ ਇਹਨੂੰ ਮੇਰਾ ਕਿਹੋ ਜਿਹਾ ਪ੍ਰਾਈਵੇਟ ਪਾਰਟ ਆ, ਕੋਈ ਨਹੀਂ ਦੇਖਦਾ ਵੀਰੇ ਇਹਨੂੰ, ਜਦਕਿ ਜੇ ਜਿੱਦ ਇਹ ਬੰਦ ਹੋ ਗਿਆ ਉਦੀ ਮੌਤ ਆ ਬੰਦੇ ਦੀ, ਜਿੰਨਾ ਕਿਡਨੀਆਂ ਦੇ ਵਿੱਚੋਂ ਪਾਣੀ ਗੜਕ ਸਿੱਟੀ ਜਾਂਦੇ ਨਾ, ਸਾਰਾ ਫਿਲਟਰ ਹੋ ਕੇ ਇਹਦੇ ਰਸਤੇ 'ਚੋਂ ਨਿਕਲਦਾ। ਇਹਦੇ ਕਈ ਕੰਮ ਨੇ, ਅੱਖਾਂ ਦਾ ਕੰਮ ਸਿਰਫ ਦੇਖਣਾ, ਮੂੰਹ ਦਾ ਕੰਮ ਸਿਰਫ ਖਾਣਾ, ਉਹ ਕਈਆਂ ਦੇ ਅੰਗਾਂ ਦੇ ਆਪਣੇ ਆਪਣੇ ਕੰਮ ਨੇ। ਹੁਣ ਟੋਇਲਟ ਵਾਲੀ ਜਗ੍ਹਾ ਇੱਕ ਵਾਰੀ ਆਪਾਂ ਲੈਟਰਿੰਗ ਕਰਨ ਤੋਂ ਬਾਅਦ ਦੂਏ ਦਿਨ ਜਾਂਦੇ ਹਾਂ, ਬਿਲਕੁਲ ਸਾਰਾ ਦਿਨ ਉਹਨੂੰ ਹਵਨ ਦੇ, ਇਹਦੇ ਤਾਂ ਆਪਾਂ ਦਿਨ 'ਚ 10 ਵਾਰੀ ਆਪਾਂ ਠੰਡ ਨਹੀਂ ਦੇਖਦੇ, ਜਦੋਂ ਆਪਾਂ ਕੱਢ ਕੇ ਬਾਥਰੂਮ ਕਰਨ ਲੱਗ ਜਾਂਦੇ ਹਾਂ ਗਰਮੀ 'ਚ ਕਰਨ ਲੱਗ ਜਾਂਦੇ ਹਾਂ, ਇਹ ਤਾਂ ਜਦੋਂ ਸਿਰ ਫੜਦੇ ਆਪਾਂ ਬਾਹਰ ਕੱਢ ਕੇ ਬਾਥਰੂਮ ਕਰਨ ਲੱਗ ਜਾਂਦੇ ਹਾਂ, ਕੀ ਗੱਲ ਵੀ ਇਹਦੇ 'ਤੇ 10 ਰੁਪਏ ਨਹੀਂ ਲਾ ਸਕਦੇ ਆਪਾਂ? ਬਿਲਕੁਲ। ਊਂ ਕਹਿੰਦੇ ਸਾਡੇ ਕੋਲ ਬੰਦੇ ਆ ਜਾਣ, ਸਾਡੀ ਜੀ ਕਰੋੜਾਂ ਦੀ ਪ੍ਰੋਪਰਟੀ ਹੈ, ਮੇਰੇ 2 ਵਿਆਹ ਹੋਏ ਪਏ ਨੇ, ਪੈਸੇ ਮੰਗ ਲਾ ਵੀ ਲਾ ਦੇ 5-4 ਹਜ਼ਾਰ ਰੁਪਇਆ, ਜ਼ਿਆਦਾ ਨੇ ਪੈਸੇ, ਪਰ ਤੂੰ ਆਈ ਸਾਰ ਲਾ, ਆਉਣ ਵਾਲਾ ਸਮਾਂ ਬਹੁਤ ਮਾੜਾ ਜੇ ਅੱਜ ਵੀ ਨਾ ਬੱਚੇ ਇਹ ਚੀਜ਼ ਸੋਚਣ ਲੱਗੇ ਵੀ ਯਾਰ ਵੀ ਨਹੀਂ ਇੱਥੇ ਵੀ ਲਾਓ ਯਾਰ ਪੈਸੇ, ਕਿਉਂਕਿ ਫਿਰ ਕਾਮ ਦੇਵਤਾ ਨਾਰਾਜ਼ ਹੋ ਜਾਂਦਾ, ਕਈਆਂ ਦੇ ਸਵਰਥਵਾਦੀ ਇੰਨੀ ਮਿਹਰਬਾਨ ਹੋ ਜਾਂਦੀ ਆ, ਉਹਦੇ ਗਾਣੇ ਇੰਨੇ ਚੜ੍ਹ ਜਾਂਦੇ ਨੇ, ਚੜ੍ਹਾਈ ਕਰ ਜਾਂਦਾ। ਬਿਲਕੁਲ। ਇਹ ਕਾਮ ਦੇਵਤਾ ਵੀ ਜਦੋਂ ਦੇਖਦਾ ਨਾ ਵੀ ਮੇਰੇ 'ਤੇ ਤਾਂ ਕੋਈ ਪੈਸਾ ਲਾਉਂਦਾ ਹੀ ਨਹੀਂ, ਹੁਣ ਇਹਨੇ ਪਿਸ਼ਾਬ ਵੀ ਕਰਨਾ, ਇਹਨੇ ਤੁਹਾਡੀ ਗੰਦਗੀ ਵੀ ਕੱਢਣੀ ਹੈ, ਇਹਨੇ ਤੁਹਾਡੀ ਸੰਤਾਨ ਵੀ ਪੈਦਾ ਕਰਨੀ ਹੈ,
ਇਹਨੇ ਤੁਹਾਡੀ ਮੁੱਛ ਵੀ ਖੜੀ ਰੱਖਣੀ ਆ, ਰੋਟੀ ਇਹਦੇ ਕਰਕੇ ਮਿਲਦੀ ਆ ਕਈਆਂ ਨੂੰ। ਜਦੋਂ ਇਹ ਖੱਡਾ ਆਉਣ ਪੈਂਦਾ ਲਈ ਰੋਟੀ ਵੀ ਨਹੀਂ ਬੋਲਦੀ ਅਗਲੀ, ਕਹਿੰਦੇ ਚੱਕ ਬਾਹਲਾ ਵੇਲਣ ਖਾ ਲਾ ਜਾ ਕੇ। ਜੋ ਜਨਾਨੀ ਕੀ ਕਹੇ ਵੀ ਤੂੰ ਜਾ ਕੇ ਦਵਾਈ ਲਿਆ, ਉਹਦੀ ਵੇਟ ਕਰਦੇ ਵੀ ਸਾਨੂੰ ਕਹੇ ਟੋਕੇ। ਇਹ ਜਨਾਨੀਆਂ ਗਲਤ ਨਹੀਂ ਹੁੰਦੀਆਂ ਹੈਗੀਆਂ, ਬੰਦੇ ਗਲਤ ਨੇ ਜਿਹੜੇ ਕਿ ਉਹਨੂੰ ਸਟਾਰਟਿੰਗ ਦੇ ਵਿੱਚ ਜਦੋਂ ਇਹਦੀ ਲੋੜ ਹੈ ਇਹਦੀ ਇਹਦੀ ਕੇਅਰ ਕਰਨ, ਇਹਦੀ ਸਫਾਈ ਰੱਖਣ, ਇਹਨੂੰ ਦੇਖਣ। ਕਈਆਂ ਨੂੰ ਤਾਂ ਪਤਾ ਨਹੀਂ, ਮੈਂ ਪਸੌਂ ਖਵਾ ਕੇ ਦੇਖਿਆ ਵੀ ਦੇਖਿਆ ਤੈਨੂੰ ਕਦੇ ਆਪਾਂ, ਉਹ ਹਰਾਤ ਨਾ ਯਾਰ। ਉਹ ਕਦੇ ਮਹਾਂ ਧੁੱਪ ਲਵਾਈਏ ਇਹਨੂੰ, ਕਦੇ ਤੇਲ ਲਾ ਕੇ ਸਰੋਂ ਦੀ ਮਲ ਲੈਂਦਾ, ਸਰੋਂ ਦੀ ਮਲ ਕੇ ਧੁੱਪ ਲਵਾਈਏ ਕਦੇ ਇਹਨੂੰ ਨਾ ਵੀ। ਮੈਂ ਮੂੰਹ ਤਾਂ ਬੜਾ ਚਮਕਾਉਣਾ ਜਾ ਕੇ ਉੱਥੇ, ਮੇਰੇ ਫੇਸ਼ੀਅਲ ਕਰਦੇ ਫਲਾਨਾ ਕਰਦੇ ਹੈ ਜੀ। ਕਦੇ ਇਹਨੂੰ ਜਦ ਇਹਨੂੰ ਦੇਖਣ ਲੱਗ ਗਏ ਨਾ ਲੋਕ, ਇਹ ਆਪਣਾ ਸਭ ਤੋਂ ਮੇਨ ਅੰਗ ਹੈ, ਇਹਦੇ ਕਾਮ ਦੇਵਤਾ ਸਵਾਰ ਆ, ਇਹ ਤੁਹਾਡੀ ਵੰਸ ਅੱਗੇ ਵਧਾਊਗਾ। ਬਿਲਕੁਲ ਜਿੱਦ ਤੁਹਾਨੂੰ ਸੋਚਣਾ, ਮੈਂ ਕਹਿੰਦਾ ਤੁਸੀਂ ਕੁਛ ਨਾ ਖਰੀਦੋ। ਉਹ ਕਹਿੰਦੀ ਕੁੱਲੀ ਯਾਰ ਦੀ ਸੁਰਗ ਦਾ ਝੂੰਡਾ ਮੈਂ ਅੱਗ ਲਾਵਾਂ ਮਹਿਲਾਂ ਨੂੰ, ਗੱਲ ਕਹਾਵ ਸੁਣੀ ਉਹਨੇ। ਬਿਲਕੁਲ, ਕਿਉਂਕਿ ਯਾਰ ਕੋਲ ਕੀ ਹੈ, ਯਾਰ ਕੋਲ ਪ੍ਰੇਮ ਮਿਲਦਾ, ਯਾਰ ਕੋਲ ਆਨੰਦ ਆਉਂਦਾ। ਕੋਈ ਤੁਹਾਡੇ ਕੋਲ ਆਨੰਦ ਤਾਂ ਆਉਂਦਾ ਨਹੀਂ ਹੈਗਾ, ਪੈਸੇ ਲਿਆ ਕੇ ਛੱਡ ਕੇ ਤੁਸੀਂ ਭੱਜ ਜਾਂਦੇ ਹੋ, ਉਹ ਪੈਸੇ ਨੂੰ ਅਗਲੇ ਨੇ ਕੀ ਕਰਨਾ ਸਿਰ ਚ ਮਾਰਨਾ। ਚਲੋ ਜੋ ਆਪਾਂ ਨੂੰ ਜੋ ਚਾਹੀਦਾ ਉਹ ਆਪਾਂ ਪੂਰਤੀ ਕਰੀਏ ਨਾ, ਆਪਾਂ ਉਹਦੀ ਕੇਅਰ ਕਰੋ ਬਸ। ਅਸੀਂ ਕੀ ਕਹਿਣਾ, ਕੁਛ ਨਾ ਕਰੋ, ਚੰਗਾ ਖਾਓ। ਹਾਂ, ਤੁਹਾਨੂੰ ਅੱਜ ਮੈਂ ਰੋਜੀ ਤੇ ਬੈਠਾ, ਤੁਹਾਨੂੰ ਮੈਂ ਦੋ ਨੁਸਖੇ ਦਊਂਗਾ, ਪੂਰੇ ਤਾਕਤਵਰ ਨੁਸਖੇ ਨੇ ਉਹ, ਕੋਈ ਉਹ ਚੋਂ ਹੇਰ ਫੇਰ ਨਹੀਂ ਹੈਗੀ। ਨਹੀਂ ਮੈਂ ਕੋਈ ਲਘੂੜ ਰੱਖ ਲੂੰਗਾ, ਕੋਈ ਲਘੂੜ ਨਹੀਂ ਮੈਂ ਰੱਖਦਾ ਹੈਗਾ, ਤੁਹਾਨੂੰ ਮੈਂ ਆਪਦੇ ਦਿਲੋਂ ਇਮਾਨਦਾਰੀ ਦੇ ਨਾਲ ਉਹ ਚੀਜ਼ ਦਊਂਗਾ ਤੇ ਕੰਮ ਕਰੂਗੀ। ਅੱਛਾ, ਨੁਸਖਾ ਵੀ ਦੱਸੋਗੇ ਤੁਸੀਂ? ਸਾਰਾ ਬਣਾ ਕੇ ਤੁਹਾਡੇ ਕਾਊਂਟਰ ਤੇ ਮੈਂ ਦਿਖਾਊਂਗਾ, ਉਵੇਂ ਜਿਵੇਂ ਬਣਾ ਲਓ, ਮੇਰੇ ਕੋਲ ਆਉਣ ਦੀ ਲੋੜ ਨਹੀਂ ਹੈ। ਤਿਆਰ ਕਰ ਸਕਦੇ ਨੇ? ਬਿਲਕੁਲ ਕਰ ਸਕਦੇ ਨੇ। ਤੁਸੀਂ ਇਹ ਦੇ ਲਓ ਜੀ, 15 ਸਾਲ ਦੇ ਜਵਾਕ ਤੋਂ ਸਟਾਰਟ ਕਰ ਦਿਓ, ਜਿਹੜਾ ਮਰਜ਼ੀ ਖਾ ਲਵੇ। ਜਿਹੜੇ ਬੱਚੇ ਇੱਧਰੋਂ ਜਾਂਦੇ ਨੇ ਬਾਹਰਲੀ ਕੰਟਰੀ 'ਚ, ਉਹਨਾਂ ਦੇ ਜਾਂਦਿਆਂ ਦਾ ਖੂਨ ਪਤਲਾ ਪੈ ਜਾਂਦਾ, ਸਟ੍ਰੈਸ ਹੋ ਜਾਂਦੀ ਹੈ, ਉਹ ਰੋਜ਼ ਘੁੰਮਦੇ ਫਿਰਦੇ ਨੇ, ਉਹ ਖਤਮ ਹੋ ਜਾਂਦਾ। ਉਹ ਤਾਂ ਟੈਨਸ਼ਨ ਹੀ ਨਹੀਂ ਹੁੰਦੀ, ਉਹਦੇ 100 ਟੈਨਸ਼ਨਾਂ ਨੇ, ਕਾਰੋਬਾਰ ਦੀਆਂ ਟੈਨਸ਼ਨਾਂ ਹੋ ਗਈਆਂ, ਘਰ ਦੀਆਂ ਟੈਨਸ਼ਨਾਂ ਹੋ ਗਈਆਂ, ਜੇਲ੍ਹ ਵਾਂਗ ਮਹਿਸੂਸ ਕਰਦਾ ਪਹਿਲਾਂ ਬੱਚਾ। ਉਹ ਚੀਜ਼ਾਂ ਹਰੇਕ ਘਰ ਦੇ ਅਵੇਲੇਬਲ ਹੈਗੀਆਂ ਨੇ ਜਿਹੜੀਆਂ ਤੁਸੀਂ? ਬਿਲਕੁਲ ਬਿਲਕੁਲ। ਕੀ ਕੀ ਚੀਜ਼ਾਂ ਵਰਤ ਸਕਦੇ ਆਪਾਂ ਉਹਦੇ ਵਿੱਚ ਜੀ? ਆਪਾਂ ਜਿਵੇਂ ਹੁਣ ਸਪਰਮ ਕਾਉਂਟ ਆ ਜਿਹੜਾ ਜੀ, ਉਹਦੇ ਵਾਸਤੇ ਬੀਜ ਜਗਾੜ ਅਤੇ ਸਟੈਮਿਨਰ ਵਾਸਤੇ ਉਹ ਚੀਜ਼ਾਂ ਹੋਣਗੀਆਂ, ਠੀਕ ਹੈ ਜੀ। ਇੱਕ ਆਪਾਂ ਦੇਵਾਂਗੇ ਨੁਸਖਾ ਦੇਵਾਂਗੇ ਇਹਦੀ ਮਾਲਿਸ਼ ਵਾਸਤੇ। ਬਿਲਕੁਲ, ਵੀ ਉਹ ਆਪਾਂ ਕਿਵੇਂ ਮਾਲਿਸ਼ ਕਰਨਾ ਆ, ਠੀਕ ਆ ਨਹੀਂ, ਵੀ ਕਿਵੇਂ ਇਹ ਕਦੋਂ ਦਾ ਰਿਜ਼ਲਟ ਮਿਲਦਾ, ਬਣਾ ਕੇ ਦਿਖਾਓ ਡਾਕਟਰ ਸਾਹਿਬ। ਫਿਰ ਅਸੀਂ ਫਿਰ ਸਾਨੂੰ ਫਿਰ ਸਾਨੂੰ ਆਏ ਆ ਵੀ ਬਹੁਤ ਵਿਆਦ ਨੇ ਜਿਹੜੇ ਨੁਸਖਾ ਨਹੀਂ ਦੱਸਦੇ, ਕਹਿੰਦੇ ਸਾਡੇ ਕਲੀਨਿਕ ਤੇ ਆਓ। ਆ ਮੇਰੀ ਗੱਲ ਇੱਕ ਹੋਰ ਧਿਆਨ ਨਾਲ ਸੁਣ ਦਿਓ ਮੇਰੇ ਵੀਰ, ਵੀ ਜੇ ਵਿੱਚ ਆਪਾਂ ਪਾਣੀ ਆਉਣਾ ਮੂੰਹ 'ਚ ਲਾਲ ਪਾਉਣ ਦੇ ਬਰਾਬਰ ਹੁੰਦਾ, ਇਹ ਖਾਣਾ ਦੇਖ ਕੇ ਜਦੋਂ ਮੂੰਹ 'ਚ ਪਾਣੀ ਆ ਜਾਂਦਾ, ਇਸੇ ਤਰ੍ਹਾਂ ਜਦੋਂ ਆਪਾਂ ਉਹਦੀ ਗੱਲਬਾਤ ਕਰਦੇ ਹਾਂ ਉਦੋਂ ਉਹਦੇ 'ਚ ਇੱਕ ਦੋ ਬੂੰਦਾਂ ਹੁੰਦੇ ਨਾ, ਕੋਈ ਬਿਮਾਰੀ ਨਹੀਂ ਹੈ ਇਹ, ਮੇਰਾ ਖੁੱਲ੍ਹਾ ਚੈਲੰਜ ਹੈ, ਇਹ ਕੋਈ ਬਿਮਾਰੀ ਨਹੀਂ ਹੈਗੀ। ਫਿਰ ਕੋਈ ਨਸ਼ਾ ਖਾ ਲਓ ਫਿਰ ਤਾਂ ਭਾਵੇਂ ਬੰਦ ਹੋ ਜਾਵੇ ਉਹ, ਜੇ ਸੁਕਾਏ ਦਿੱਤਾ ਕੁਛ ਵਿੱਚੋਂ ਸਰੀਰ ਤੋਂ, ਬਿਲਕੁਲ ਠੀਕ ਹੈ, ਫਿਰ ਤਾਂ ਭਾਵੇਂ ਬੰਦ ਹੋ ਜਾਵੇ। ਨਹੀਂ, ਕੋਈ ਇਸ ਤਰ੍ਹਾਂ ਦਾ ਕੋਈ ਟ੍ਰੀਟਮੈਂਟ ਨਹੀਂ ਹੈਗਾ ਵੀ ਜਿਹੜਾ ਆਪਾਂ ਉਹਨੂੰ ਬੰਦ ਕਰੀਏ, ਉਹ ਬੰਦ ਕਰਨਾ ਗਲਤ ਹੈ। ਜੇ ਇੱਕ ਅੱਧੀ ਡਰੋਪ ਆਉਂਦੀ ਆ ਉਹ ਕੋਈ ਨੁਕਸਾਨ ਨਹੀਂ ਹੁੰਦਾ, ਜੇ ਜ਼ਿਆਦਾ ਆਉਂਦਾ ਉਹ ਉਹਦੇ ਲਈ ਆਪਾਂ ਮੰਨ ਲਿਆ ਮਾੜੀ ਮੋਟੀ ਕੋਈ ਗਰਮ ਚੀਜ਼ ਖਾ ਲਈ ਹੈ ਨਾ, ਤੇ ਉਹ ਚੀਜ਼ ਹੋ ਸਕਦੀ ਹੈ। 50 ਗ੍ਰਾਮ ਆਪਣੇ ਖਰੋੜਗਿਰੀ ਲੈ ਲੈਣੇ, 50 ਗ੍ਰਾਮ ਬਦਾਮ ਲੈ ਲੈਣੇ ਨੇ, 50 ਗ੍ਰਾਮ ਆਪਾਂ ਨੇ ਲੈ ਲੈਣਾ ਜੀ ਪਿਸਤਾ ਅਤੇ ਨਿਓਜੇ। ਅਤੇ ਜਿਹੜਾ ਇਹ ਦੋ ਚੀਜ਼ਾਂ ਨੇ ਜੀ, ਇਹ ਆਪਾਂ ਨੇ ਜੋ 50-50 ਗ੍ਰਾਮ ਸਮਾਨ ਆ, ਤਾਂ 200 ਗ੍ਰਾਮ ਆਪਾਂ ਨੇ ਖਸਖਸ ਲੈਣੀ ਹੈ, ਠੀਕ ਹੈ ਜੀ। ਅਤੇ ਖਸਖਸ ਰੀਜਨਲ ਹੋਵੇ ਵਧੀਆ। ਅਤੇ ਆਪਾਂ 200 ਗ੍ਰਾਮ ਹੀ ਲੈ ਲੈਣੇ ਨੇ ਆਪਣੇ ਚਨੇ। ਇਹਨਾਂ ਸਾਰਿਆਂ ਨੂੰ ਆਪਾਂ ਮਿਕਸੀ 'ਚ ਪਾ ਕੇ ਇਹਨਾਂ ਦੇ ਛਿਲਕੇ ਲਾ ਲਿਓ, ਇਹਨੂੰ ਸਾਫ਼ ਕਰ ਲਿਓ ਛਿਲਕੇ ਲਾ ਕੇ, ਅਤੇ ਇਹਦਾ ਫਿਰ ਆਪਾਂ ਗ੍ਰੈਂਡ ਕਰ ਲੈਣਾ ਜੀ। ਸਾਰਾ ਮਿਕਸ ਕਰਕੇ ਇਹਦਾ ਪਾਊਡਰ ਤਿਆਰ ਹੋਜੂਗਾ, ਅਤੇ ਇਹਦੇ ਵਿੱਚ ਆਪਾਂ ਇਹ ਤੋਂ ਅੱਧੀ ਮਿਸਰੀ ਪਾ ਸਕਦੇ ਹਾਂ, ਜਾਂ ਜਿੰਨਾ ਕੁ ਤੁਹਾਨੂੰ ਜ਼ਰੂਰਤ ਹੈ ਉਹ ਜਿਹੇ ਹਿਸਾਬ ਨਾਲ। ਜੇ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਆ, ਮਿਸਰੀ ਨਾ ਪਾਵੇ ਤਾਂ ਵੀ ਕੰਮ ਕਰੂਗਾ। ਅਤੇ ਆਪਾਂ ਨੇ ਇਹ ਤੋਂ ਜਿੰਨਾ ਸਾਰਾ ਮਟੀਰੀਅਲ ਹੋਊਗਾ ਉਹ ਤੋਂ ਅੱਧੀ ਆਪਾਂ ਮਿਸਰੀ ਪਾਉਣੀ ਆ, ਧਾਗੇ ਵਾਲੀ ਪਾਊਡਰ ਬਣਾ ਕੇ ਪਾ ਲਓ, ਅਤੇ 2 ਚਮਚੇ ਸਵੇਰੇ 2 ਚਮਚੇ ਸ਼ਾਮ ਨੂੰ ਦੁੱਧ ਨਾਲ ਲੈ ਜਾਓ। ਅੱਜ ਸੰਪਰਮ ਕੱਢ ਕੇ ਦੇਖ ਲਓ, ਅਤੇ ਹਫ਼ਤੇ ਬਾਅਦ ਕੱਢ ਕੇ ਦੇਖ ਲਓ, ਸੰਪਰਮ ਦੇ ਕਾਊਂਟ ਵੀ ਵਧੇ ਹੋਣਗੇ,
ਅਤੇ ਸੰਪਰਮ ਗਾੜਾ ਬਹੁਤ ਹੋਇਆ ਹੋਊਗਾ ਅਤੇ ਨਾਲੇ ਪਹਿਲਾਂ ਨਾਲੋਂ ਦੀ ਕੁਆਂਟਿਟੀ ਵਧੀ ਹੋਊਗੀ। ਜੇ 50 ਗ੍ਰਾਮ ਇਹ ਲੈ ਲਿਆ ਜੀ, 50 ਗ੍ਰਾਮ ਆਪਣੇ ਪਾਣੀ ਲੈ ਲਿਆ, ਉਹ ਜੇ ਕਾਂਡਾ ਪਾ ਲਿਆ, ਇਹਨੂੰ ਸ਼ੀਸ਼ੀ 'ਚ ਪਾ ਲਓ, ਜਦੋਂ ਹਿਲਾਵਾਂਗੇ ਇਹਨੂੰ ਤਾਂ ਇਹਨੇ ਸ਼ੈਂਪੂ ਜਿਹਾ ਬਣ ਜਾਣਾ ਆ, ਠੀਕ ਹੈ ਜੀ। ਸ਼ੈਂਪੂ ਜਿਹਾ ਬਣ ਗਿਆ ਅਤੇ ਫਿਰ ਉਹ ਆਪਾਂ ਨੇ ਉਵੇਂ ਜਿਵੇਂ ਆਪਾਂ ਅੰਡਕੋਸ਼ ਤਾਂ ਚੱਕ ਕੇ ਉਹਦੇ ਨੀਚੇ ਮਾਲਿਸ਼ ਕਰਨੀ ਆ, ਫਿਰ ਇਹਦੀ ਜੜ 'ਚ ਮਾਲਿਸ਼ ਕਰਨੀ ਆ, ਫਿਰ ਅਗਲੇ ਭਾਗ ਦੇ ਸਾਰੇ 'ਤੇ ਮਾਲਿਸ਼ ਕਰਨੀ ਇਹਦੇ, ਠੀਕ ਹੈ ਜੀ। ਆਰਾਮ ਨਾਲ ਪੋਲਾ ਪੋਲਾ, ਠੀਕ ਹੈ ਜੀ। 10 ਮਿੰਟ ਰੋਜ਼ ਮਾਲਿਸ਼ ਕਰੋ ਅਤੇ ਤੁਹਾਡੀ ਗਰੋਥ ਜਿਹੜੀ ਇਹਦੀ ਵਧਣ ਲੱਗ ਜੂਗੀ। ਹੁਣ ਰਹੀ ਗੱਲ ਕਈਆਂ ਦੇ ਸਵਾਲ ਸੀਗੇ ਪੁਰਾਣੇ ਵੀਡੀਓ ਦੇ ਵਿੱਚ ਵੀ ਇਹ ਦੱਸੋ ਜੀ ਕਿੱਥੇ ਵੱਧਦਾ, ਹੁਣ ਮੈਂ ਤੁਹਾਨੂੰ ਇਹਦੇ ਜਿਹੜੇ ਨੁਸਖਾ ਇਹ ਗ੍ਰੰਥਾਂ ਦੇ ਵਿੱਚ ਜਿਹੜਾ ਦਰਜ ਆ ਤੁਹਾਨੂੰ ਮੈਂ ਦਿਖਾ ਸਕਦਾ ਜੀ। ਅਤੇ ਆਹ ਦੇਖੋ ਜੀ, ਆਹ ਦੇਖੋ ਜੀ, ਲਿੰਗ ਵਧਾਉਣ ਦੇ ਯਤਨ, ਠੀਕ ਹੈ ਜੀ। ਇਹ ਹੋ ਗਿਆ ਜੀ, ਅਤੇ ਇੱਕ ਇਹ ਹੋ ਗਿਆ ਜੀ ਆਪਣਾ ਲਿੰਗ ਸੰਤੂਲ ਮੋਟਾ ਕਰਨ ਦੇ ਉਪਾਏ, ਇਹ ਹੋ ਗਿਆ ਜੀ। ਇੱਕ ਆਹ ਹੋ ਗਿਆ ਜੀ ਆਪਣਾ ਲਿੰਗ ਵਧਾਉਣ ਦੇ ਉਪਾਏ। ਇਹ ਇਹ ਮੇਰਾ ਚੈਲੇਂਜ ਹੈ ਵੀ ਇਹ ਲਿਖਿਆ ਹੋਇਆ, ਅਤੇ ਇੱਕ ਮੇਰਾ ਚੈਲੇਂਜ ਹੋਰ ਹੈ ਵੀ ਤੁਸੀਂ ਮੈਨੂੰ ਇਸੇ ਤਰ੍ਹਾਂ ਹੀ ਲਿਖਿਆ ਪਿਆ ਕਿਸੇ ਵੀ ਗ੍ਰੰਥ ਦੇ ਵਿੱਚ ਦਿਖਾ ਦਿਓ ਵੀ ਇਹ ਵੱਧਦਾ ਨਹੀਂ ਹੈਗਾ, ਵੀ ਜਿੰਨਾ ਪਰਮਾਤਮਾ ਨੇ ਲਾਤਾ ਇੰਨਾ ਹੀ ਆ। ਮੈਂ ਸਾਰਿਆਂ ਦਾ ਮਤਲਬ ਦੇਣਦਾਰ ਹੋਊਂਗਾ ਵੀ ਜਿਹੜਾ ਇਹ ਚੀਜ਼ ਦੇ ਤੂੰ ਕਿਸੇ ਵੀ ਗ੍ਰੰਥ 'ਚ ਇਹ ਚੀਜ਼ ਦਿਖਾ ਦੇਵੇ ਵੀ ਇਹ ਪ੍ਰਾਈਵੇਟ ਪਾਰਟ ਆ ਜਿਹੜਾ ਵੱਧਦਾ ਨਹੀਂ ਹੈਗਾ। ਇਹ 15,000 ਦਾ ਚਿੱਟਾ ਤਾਂ ਘਰੇ ਲੈ ਕੇ ਆ ਜਾਂਦੇ ਨੇ, ਜਦੋਂ ਉਹਨਾਂ ਨੂੰ ਗੱਲ ਕਰੀਏ ਵੀ ਤੂੰ ਤਾਕਤ ਵਾਸਤੇ 5,000 ਲੈ ਲਾ, ਉਦੋਂ ਉਹਨਾਂ ਕੋਲ ਪੈਸਾ ਨਿਕਲਦਾ ਹੀ ਨਿਕਲਦਾ ਹੀ।